ਲਓ ਮੈਦਾਨ ਦੇ ਵਿੱਚ ਜਿਹੜੀ ਕੁਸ਼ਤੀ ਸ਼ੁਰੂ ਹੋਣ ਚੱਲੀ ਹੈ ਭਾਈ ਫੋਟੋਗ੍ਰਾਫਰ ਵੀਰ ਲਓ ਮੈਦਾਨ ਦੇ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਣ ਚੱਲੀ ਹੈ ਇਹਨਾਂ ਨੌਜਵਾਨਾਂ ਦਰਮਿਆਨ ਹਾਂ ਡੋਨੀ ਇੱਕ ਫੋਟੋ ਕਰਾਉਣੀ ਹੈ ਟੋਨੀ ਨੇ ਮਾੜੀ ਮਾਰ ਦਿਓ ਕਲਿੱਕ ਸੋਮਵੀਰ ਹਰਿਆਣਾ ਤੇ ਨਾਲ ਗੌਰਵ ਉਹਨਾਂ ਸੋਮਵੀਰ ਬਚ ਕੇ ਭਾਈ ਇਹਨੂੰ ਹਿਮਾਚਲ ਦੀ ਗੋਲੀ ਕਹਿੰਦੇ ਆ ਤੇ ਗੋਲੀ ਦੀ ਸਪੀਡ ਜੱਗ ਜਾਣਦਾ ਜੱਗ ਜਾਣਦਾ ਪਰਮਾਤਮਾ ਮਿਹਰ ਕਰੇ ਓਹੋ ਓਹੋ ਬੱਲੇ 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 ਆ ਕੌਣ ਹੈ ਇਹ ਗੌਰਵ ਹੈ ਗੌਰਵ ਹੈ ਗੌਰਵ ਰਾਣਾ ਜੱਗ ਜਾਣਦਾ ਇਸ ਨੌਜਵਾਨ ਨੂੰ ਜੱਗ ਜਾਣਦਾ ਹੈਲੋ ਢੋਲੀ ਵੀਰ ਇੱਕ ਮਿੰਟ ਢੋਲੀ ਇੱਧਰ ਸੇਠੀ ਪ੍ਰਧਾਨ ਜੀ ਪਹੁੰਚੇ ਆ ਮਹਿਤਪੁਰ ਲੋ 12 ਜਨਵਰੀ ਨੂੰ ਦੰਗਲ ਹੋਣ ਜਾ ਰਿਹਾ ਦੁਨੀਆ ਦੇ ਪਹਿਲੇ ਟੋਪ 10 ਮੱਲ ਇਸ ਛਿੰਜ ਵਿੱਚ ਪੁੱਜਣ ਜਾ ਰਹੇ ਆ ਹੁਣ ਤੁਸੀਂ ਆਪੇ ਦੇਖ ਲਓ ਕਿ ਪਹਿਲੇ ਅੱਜ ਟੋਪ 10 ਕਿਹੜੇ ਚੱਲਦੇ ਆ ਸੋ ਸੇਠੀ ਪ੍ਰਧਾਨ ਜੀ ਵੱਲੋਂ ਖੁੱਲੇ ਸੱਦੇ ਆ 12 ਜਨਵਰੀ ਨੂੰ ਵੱਡਾ ਦੰਗਲ ਹੋਣ ਜਾ ਰਿਹਾ ਤੇ ਉੱਧਰ 14 ਨੂੰ ਬਰਨੋ ਵਿੱਚ ਵੱਡਾ ਦੰਗਲ ਹੋਣ ਜਾ ਰਿਹਾ 19 ਜਨਵਰੀ ਨੂੰ ਫਿਰ ਕਹਿੰਦੇ ਵੱਡਾ ਦੰਗਲ ਸ਼ੇਸ਼ਾ ਪ੍ਰਧਾਨ ਵੱਲੋਂ ਖੁੱਲੇ ਸੱਦੇ ਆ ਰੋਜ਼ ਗਰੁੱਪਾਂ ਦੇ ਵਿੱਚ ਭਲਵਾਨ ਕਹਿੰਦੇ ਆ ਕਿ ਹਮ ਸ਼ੇਸ਼ਾ ਪ੍ਰਧਾਨ ਕੇ ਦੰਗਲ ਮੇ ਜਾ ਰਹੇ ਹੈ ਅੱਧਿਆਂ ਨੂੰ ਤਾਂ ਹਿੰਦੀ ਵੀ ਨਹੀਂ ਬੋਲਣੀ ਆਉਂਦੀ ਇਹ ਧੱਕੇ ਨਾਲੇ ਬੁਲਾਈ ਜਾਂਦਾ ਤੂੰ ਤਾਂ ਪੰਡਤਾ ਪੂਰਾ ਧੱਕਾ ਕਰਦਾ ਤੂੰ ਤਾਂ ਪੰਡਤਾ ਪੂਰਾ ਧੱਕਾ ਕਰਦਾ ਛਿੰਝ ਰੱਖ ਹੋ ਗਈ 19 ਜਨਵਰੀ ਦੀ ਕੰਮ ਖਿੱਚ ਹੋ ਗਿਆ ਜਿੰਨੇ ਭਲਵਾਨਾਂ ਦੇ ਤਾਂ ਗਰੁੱਪਾਂ ਵਿੱਚ ਪਵਾਏ ਮੈਸੇਜ ਕੰਮ ਤੇਰਾ ਪੂਰਾ ਟਿਚ ਹੋ ਗਿਆ ਤੂੰ ਤਾਂ ਪੰਡਤਾ ਪੂਰਾ ਧੱਕਾ ਕਰਦਾ ਜੱਟਾ ਸ਼ਰੇਆਮ ਤੂੰ ਧੱਕਾ ਕਰਦਾ ਸੋ ਵੱਡਾ ਧੰਨਵਾਦ ਕਰਦੇ ਆ ਵਾਹ ਬਈ ਵਾਹ ਇਧਰਲੇ ਪਾਸੇ ਮੈਟਰੋ ਟ੍ਰੇਨ ਵਰਗੀ ਜੀ ਦੀ ਰਫਤਾਰ ਹੈ AK-47 ਵਾਂਗੂ ਕਰਦਾ ਜੋ ਵਾਰ ਹੈ ਠਾਲ ਦਿੰਦਾ ਤੂੜਾ ਕਰਾਉਂਦਾ ਬੱਲੇ ਬੱਲੇ ਹੈ ਮੱਛੀ ਗੋਟਾ ਮਾਰੇ ਕਦੇ ਮਾਰਦਾ ਹੱਲੇ ਹੈ ਆਂਦਾ ਇਹਨੂੰ ਮਿੱਤਰੋ ਸੁਨਾਮੀਆਂ ਨੂੰ ਥੰਮਣਾ ਇਹਦੋ ਜਿਹਾ ਹੀਰਾ ਮੁੜ ਕੇ ਉਹਨੇ ਵਿੱਚ ਨਹੀਂ ਉਹ ਜੰਮਣਾ ਸ਼ੇਰੇ ਗੜ ਮਜਾਰੀ ਤੂਫਾਨਾਂ ਨੂੰ ਰੋਕਦਾ ਉਨੇ ਵਾਲਾ ਗੌਰਵ ਮੱਲ ਪੂਰੇ ਟੋਪਦਾ ਵਾਹ ਵੀ ਵਾਹ ਓਹ ਨਹੀਂ ਰੀਸਾ ਕਹਿੰਦਾ ਮਾੜੇ ਕੰਮਾਂ ਵਿੱਚ ਪੈਰ ਨਹੀਂ ਰੱਖੇ ਯਾਰ ਦਿਲਾਂ ਦੇ ਕੈਮ ਨਹੀਂ ਰੱਖੇ ਮੁੜ ਇੰਜਨ ਬੰਨਣੇ ਪੈਂਦੇ ਜਦੋਂ ਗਰਾਰੀ ਅੜਦੀ ਹੈ ਕਿ ਨੋਟ ਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਹੈ 500 ਰੁਪਿਆ ਸਾਹਿਲ ਵੱਲੋਂ ਸਾਹਿਲ ਰਾਣੇ ਵੱਲੋਂ ਗੌਰਵ ਲਈ ਬੱਲੇ ਬੱਲੇ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦਰਮਿਆਨ ਹੈ 28 ਮਾਰਚ ਪਟੋਲੀ ਦੇ ਦੰਗਲ ਦੇ ਵਿੱਚ ਕਰਨ ਭਗਤ ਤੇ ਅਮੇਸ਼ ਮਥਰਾ ਨਾਲ ਹੀ ਕਾਕਾ ਕੁਆਲੀ ਤੇ ਸੂਰਜ ਮਹਾਰਾਸ਼ਟਰ ਇਹਨਾਂ ਦੀ ਕੁਸ਼ਤੀ ਜਿਹੜੀ ਹੋਏਗੀ ਇਹ ਵੀ ਨੋਟ ਕਰਦੇ ਹਾਂਜੀ ਕਹਿ ਰਹੇ ਹਨ ਇਹ ਵੀ ਸਰਸੇ ਦੰਗਲ ਵਾਲੀ ਗੱਲ ਹੋ ਗਈ ਸੀ ਜਿੱਦਾਂ ਜੱਸੇ ਨੇ ਅਮੇਸ਼ ਨੂੰ ਚੱਕਿਆ ਸੀ ਆਪੇ ਥੱਲੇ ਆ ਗਿਆ ਬਚਾਅ ਹੋ ਗਿਆ ਗੌਰਵ ਬਚਾਅ ਹੋ ਗਿਆ ਤੇ 500 ਰੁਪਇਆ ਸਾਡੇ ਸਾਹਿਲ ਜੀ ਵੱਲੋਂ ਲੱਗ ਚੁੱਕਿਆ ਇਸ ਕੁਸ਼ਤੀ ਤੇ ਜਿਹਨਾਂ ਦਾ ਬਹੁਤ ਵਧੀਆ ਅਰਨਵ ਰੈਡੀਮੇਡ ਸਟੋਰ ਹੈ ਸਿਆਲ ਦਾ ਸਾਰਾ ਹੀ ਸਮਾਨ ਆਇਆ ਪਿਆ ਗਰਮੀਆਂ ਦੇ ਸਾਰੇ ਕੱਪੜਿਆਂ ਪਰ ਛੂਟ ਕਰ ਦਿੱਤੀ ਇਹਨਾਂ ਨੇ 70% ਬਹੁਤ ਵਧੀਆ ਸਟੋਰ ਹੈ ਧੰਨਵਾਦ ਕਰਦੇ ਹਾਂ ਟੋਨੀ ਰਾਣਾ ਜੀ ਦਾ ਟਾਈਗਰ ਜੀ ਦਾ ਸ਼ਮੀ ਭਰਾ ਦਾ ਵੱਡਾ ਧੰਨਵਾਦ ਕਰਦੇ ਹਾਂ ਇਹਨਾਂ ਸਾਰਿਆਂ ਵੱਲੋਂ ਅੱਜ ਦੇ ਛਿੰਝ ਮੇਲੇ ਵਿੱਚ 60-70 ਹਜ਼ਾਰ ਦੇ ਯੋਗਦਾਨ ਹੈ ਉੱਧਰ ਸੋਨੀ ਜਵੈਲਰ ਦਾ ਵੱਡਾ ਧੰਨਵਾਦ ਕਰਦੇ ਹਾਂ ਸੋਨੀ ਭਰਾਵਾਂ ਦਾ ਵੱਡਾ ਧੰਨਵਾਦ ਕਰਦੇ ਹਾਂ ਜਿਹਨਾਂ ਵੱਲੋਂ 11,000 ਰੁਪਇਆ RR ਵਾਲਿਆਂ ਦਾ ਬੜਾ ਧੰਨਵਾਦ ਕਰਦੇ ਆ ਪੈਲਸ ਵਾਲਿਆਂ ਦਾ ਉਹਨਾਂ ਵੱਲੋਂ 21,000 ਰੁਪਇਆ ਪੁੱਜਦਾ ਹੋਇਆ ਏ ਮਹਾਵੀਰ ਕ੍ਰੈਸ਼ਰ ਵਾਲਿਆਂ ਦਾ ਵੱਡਾ ਧੰਨਵਾਦ ਕਰਦੇ ਆ ਬਾਬੇਹੀ ਬਾ ਟੋਲੀ 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 ਲਾ ਦੇ ਰਗੜਾ ਗੌਰਵ ਲਾ ਦੇ ਰਗੜਾ ਅੱਜ ਤੇਰੀ ਬੱਲੇ ਬੱਲੇ ਆ ਇੱਕ ਵਾਰ ਜਕਾਰਾ ਬੁਲੰਦ ਕਰ ਦਿਓ ਭਲਵਾਨ ਤੇ ਸੱਟ ਨਾਲ ਲੱਗੇ ਹੁਣ ਪੂਰੀ ਸਾਲ
ਜੇ ਕਾਲਾ ਲੱਖ ਦਾ ਤੇ ਪੀਰ ਦਾ ਬੋਲ ਸਾਚੇ ਦਰਬਾਰ ਕੀ। ਇਹਨਾਂ ਜੱਸੇ ਪੱਟੀ ਨੂੰ ਵੀ ਚਿੱਤ ਕੀਤਾ, ਤੁਹਾਨੂੰ ਦੱਸ ਦਈਏ, ਪਤਾ ਨਹੀਂ ਹੋਣਾ ਕਈਆਂ ਨੂੰ, ਜਦੋਂ ਜੱਸਾ ਸ਼ੁਰੂ ਚ ਘੁਲਣਾ ਸ਼ੁਰੂ ਕੀਤਾ ਇਹ ਮਲ ਦੇ ਸੱਟ ਲੱਗ ਜਾਂਦੀ ਹੈ ਤਾਂ ਕਿਤੇ ਫਿਰ ਪਿੱਛੇ ਚਲਾ ਜਾਂਦਾ। ਨਹੀਂ ਹੈ ਘੱਟ ਨਹੀਂ ਹੈ ਕਿਸੇ ਨਾਲੋਂ, ਘੱਟ ਨਹੀਂ ਹੈ। ਲਾ ਦੇ ਭਲਵਾਨਾ ਰਗੜਾ ਇਹ ਸੁੱਕਾ ਜਾਵੇ ਨਾ, ਉਹ ਗੌਰਵ ਕਰਦੇ ਇਹਨੂੰ ਇਕੱਠਾ, ਉਹ ਮੁੜ ਕੇ ਦਿੱਲੀ ਤੋਂ ਕਲਸੇੜੇ ਆਵੇ ਨਾ, ਮੁੜ ਕੇ ਦਿੱਲੀ ਤੋਂ ਕਲਸੇੜੇ ਆਵੇ ਨਾ। ਉਹ ਵਾਹ ਬਈ ਵਾਹ, ਉਹ ਬੱਲੇ ਬੱਲੇ ਬੱਲੇ, ਉਹ ਜੇ ਭੰਗੜਾ ਭੁੰਗੜਾ ਪਾਣਾ ਤਾਂ ਪਾ ਲਓ, ਕੰਮ ਭੰਗੜੇ ਵਾਲਾ ਹੋ ਗਿਆ, ਕੰਮ ਭੰਗੜੇ ਵਾਲਾ ਹੋ ਗਿਆ। ਹਾਂਜੀ ਵਾਹ ਬਈ ਵਾਹ, ਇਹ ਪਹਿਲਾ ਮਲ ਹੈ ਕਹਿੰਦੇ ਵੀ ਜਿਹੜੇ ਬੈਠੇ ਮਲ ਦੇ ਵੀ ਮੱਛੀ ਗੋਤਾ ਮਾਰ ਦਿੰਦਾ, ਬੜੀ ਫੁਰਤੀ ਵਾਲਾ ਮਲ ਹੈ, ਨਹੀਂ ਤਾਂ ਮੱਛੀ ਗੋਤਾ ਤਕ। ਓਹੋ ਵਾਹ ਬਈ ਵਾਹ, ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਹਿਲ ਰਾਣਾ, ਟਾਈਗਰ ਰਾਣਾ ਤੇ ਸੰਜੂ ਜੁੰਡੀ, ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ। ਧੋਨੀ ਕਲਸੇੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਧਰ ਚੱਲਦੀ ਹੋਈ ਕੁਸ਼ਤੀ ਮੈਦਾਨ ਵਿੱਚ ਟਾਈਗਰ ਕਹਿੰਦਾ ਫਿਰ ਤੋਂ ਸ਼ੇਰ ਜਿਹੜਾ ਸੁਣਾ ਦਿਓ ਸਾਹਿਲ। ਉਹਨਾਂ ਕਹਿੰਦੇ ਕਿ ਮਾੜੇ ਕੰਮਾਂ ਵਿੱਚ ਪੈਰ ਨਹੀਂ ਰੱਖੇ, ਯਾਰ ਦਿਲਾਂ ਦੇ ਕਾਇਮ ਨੇ ਰੱਖੇ, ਮੁੜ ਇੰਜਨ ਬੰਨਣੇ ਪੈਂਦੇ ਜਦੋਂ ਗਰਾਰੀ ਅੜਦੀ ਹੈ, ਕਿ ਨੋਟ ਮੈਟਰ ਨਹੀਂ ਕਰਦੇ, ਟਾਈਗਰ ਮੈਟਰ ਯਾਰੀ ਕਰਦੀ ਹੈ, ਸਾਹਿਲ ਮੈਟਰ ਯਾਰੀ ਕਰਦੀ ਹੈ। ਉਧਰ ਚੱਲਦੀ ਹੋਈ ਕੁਸ਼ਤੀ ਇਹਨਾਂ ਗੱਭਰੂਆਂ ਦਰਮਿਆਨ ਹੈ, ਵੇਖਾਂਗੇ ਕੌਣ ਜਿੱਤਦਾ ਕੌਣ ਹਰਦਾ, ਕਿ ਮੱਝਾਂ ਸੱਤ ਸਾਲ ਚੁੰਘੀਆਂ ਨੇ ਬੂਰੀਆਂ, ਮਾਂ ਨੇ ਕੁੱਟ ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ, ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐਵੇਂ ਨੀ ਤਰੀਫਾ ਹੁੰਦੀਆਂ, ਨਾ ਬੋਲਦਾ ਸਪੀਕਰ ਅੱਜ ਮੇਰਾ ਐਵੇਂ ਨੀ ਤਰੀਫਾ ਹੁੰਦੀਆਂ। ਹਾਂਜੀ ਸ਼ਰਮਾ ਜੀ, ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦਰਮਿਆਨ ਹੈ, ਵੇਖਾਂਗੇ ਕੌਣ ਜਿੱਤਦਾ ਕੌਣ ਹਰਦਾ, ਇਹ ਵੀ ਬਾਤ ਸਮੇਂ ਦੀ ਹੋਣੀ ਹੈ, ਇਹ ਵੀ ਬਾਤ ਸਮੇਂ ਦੀ ਹੋਣੀ ਹੈ। ਉਧਰ ਬੱਲੇ 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 ਬੱਲੇ, ਵਾਹ ਬਈ ਵਾਹ ਵਾਹ ਬਈ ਵਾਹ, ਸਮੇਂ ਦੀਆਂ ਬਾਤਾਂ ਹੋਣੀਆਂ, ਜਿੱਤਦਾ ਕੌਣ ਹਰਦਾ ਕੌਣ ਹੈ, ਵਾਹ ਬਈ ਵਾਹ। ਇਹ ਸੋਮਵੀਰਾ ਹਰਿਆਣੇ ਦੀ ਧਰਤੀ ਦਾ ਇਸ ਵੇਲੇ ਜਿਹੜਾ ਨੌਜਵਾਨ ਉੱਪਰਲੇ ਪਾਸੇ ਹੈ, ਇਹ ਆ ਸੋਮਵੀਰ ਹਰਿਆਣੇ ਦੀ ਧਰਤੀ ਦਾ। ਹਾਂਜੀ ਸ਼ਰਮਾ ਜੀ, ਵਾਹ ਜੀ ਵਾਹ, ਪੂਰਾ ਸਵਾਦ ਬੰਨਿਆ ਪਿਆ ਇਸ ਕੁਸ਼ਤੀ ਨੇ। ਦਰਸ਼ਕ ਵੀਰੋ, ਢੋਲੀ ਨੂੰ ਢੋਲੀ, ਨਿਊ ਹਿਮਾਚਲ ਢੋਲੀ ਗਰੁੱਪ ਉੱਨੇ ਵਾਲੇ ਦਾ ਵੀਰ ਦਾ ਧੰਨਵਾਦ ਕਰਦੇ ਹਾਂ। ਪੱਗਾਂ ਦੇਖ ਲਓ ਕਿੱਦਾਂ ਤੁਰਲੇ ਵਾਲੀਆਂ ਬੰਨੀਆਂ ਹੁੰਦੀਆਂ, ਜਿੱਦਾਂ ਮਾਮਾ ਭਾਣਜੇ ਦੇ ਵਿਆਹ ਨੂੰ ਚੱਲਿਆ ਹੁੰਦਾ। ਇਹ ਵੀ ਅੱਜ ਵਿਆਹ ਹੈ, ਇਹ ਵੀ ਅੱਜ ਵਿਆਹ ਹੈ, ਬਹੁਤ ਵਧੀਆ ਡਰੈਸਅਪ ਹੈ, ਢੋਲੀ ਵੀਰ ਧੰਨਵਾਦ ਕਰਦੇ ਹਾਂ। ਦਰਸ਼ਕ ਵੀਰੋ, ਜੇਕਰ ਇਹ ਕੁਸ਼ਤੀ, ਵਾਹ ਬਈ ਵਾਹ, ਬਹੁਤ ਵਧੀਆ ਬਹੁਤ ਵਧੀਆ, ਇੱਕ ਵਾਰ ਫੇਰ ਢੋਲੀ ਕਮੈਂਟ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ ਟਾਈਗਰ ਰਾਣੇ ਦਾ, ਸਾਹਿਲ ਦਾ, ਸੰਜੂ ਜੁੰਡੀ ਧੰਨਵਾਦ ਕਰਦੇ ਹਾਂ, ਸ਼ੰਮੀ ਭਰਾ ਦਾ, ਇਹਨਾਂ ਵੱਲੋਂ ਵੱਡੇ ਮਾਣ ਹੈ, ਵੱਡੇ ਮਾਣ ਅੱਜ ਛਿੰਜ ਕਮੇਟੀ ਦੇ, ਤੇ ਸੇਠੀ ਪ੍ਰਧਾਨ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ, ਜਿਹਨਾਂ ਨੇ ਮਾਂ ਬੋਲੀ ਤੋਂ ਖੁਸ਼ ਹੋ ਕੇ ਪਹਿਲਾਂ ਵੱਡੇ ਮਾਣ ਪੁੱਜਦੇ ਕੀਤੇ ਸੀ, ਅਨਾਊਂਸ ਨਹੀਂ ਕਰ ਸਕਿਆ, ਅਨਾਊਂਸ ਨਹੀਂ ਕਰ ਸਕਿਆ। ਕਿਹਨੂੰ ਦੁੱਖ ਸਾਡੀ ਬੱਲੇ ਬੱਲੇ ਦਾ, ਇੰਜਣ ਅੱਜ ਬੰਨ ਦੇਵਾਂਗੇ ਮੈਦਾਨ ਵਿੱਚ ਕੱਲੇ ਕੱਲੇ ਦਾ, ਮੈਦਾਨ ਵਿੱਚ ਕੱਲੇ ਕੱਲੇ ਦਾ। ਧੰਨਵਾਦ ਕਰਦੇ ਹਾਂ ਰਿੱਕੀ ਪ੍ਰਧਾਨ ਜਖੇੜੇ ਵਾਲੇ ਦਾ, ਉਹ ਵੀ ਘਰ ਚਲਾ ਗਿਆ, ਲਾਈਵ ਜੁੜਿਆ ਹੋਇਆ। ਸੋ ਚੌਧਰੀ ਸਪੀਡ ਸਾਹਿਬ ਮਹਿਤਪੁਰ ਵਾਲੇ ਦਾ ਵੱਡਾ ਧੰਨਵਾਦ ਕਰਦੇ ਹਾਂ, ਸਾਡੇ ਟਾਈਗਰ ਭਰਾ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ। ਚੌਧਰੀ ਸਪੀਡ ਸਾਹਿਬ ਮਹਿਤਪੁਰ, ਗਰਮ ਸਮੋਸੇ, ਤੱਤੀ ਜਲੇਬੀ, ਲੱਡੂ, ਬੇਸਣ ਦੇ। ਉਧਰ ਗੌਰਵ ਪਹਿਲਵਾਨ ਉਹਨਾਂ ਗੁੱਸੀ ਜਿੱਤ ਗਿਆ, ਗੌਰਵ ਉਹਨਾਂ ਗੁੱਸੀ ਜਿੱਤ ਗਿਆ, ਬਾਈ ਸੁਨੀਲ ਜਿਰਕਪੁਰ ਤੇ ਅਮੇਸ਼ ਮਸਰਾ ਇਹ ਪਹਿਲਵਾਨ ਅਖਾੜੇ ਦੇ ਨੇੜੇ ਆ ਜਾਣ। ਅਮਨ ਜੀ ਕੈਮਰੇ ਵਾਲੇ ਕਿੱਧਰ ਭਰਾ, ਬਾਈ ਸੁਨੀਲ ਜਿਰਕਪੁਰ ਤੇ ਅਮੇਸ਼ ਮਸਰਾ ਇਹ ਇੱਕ ਆ ਛੋਟਾ ਜਿਹਾ ਕਹਿੰਦੇ ਬੰਬ ਚਲਾਉਣ ਲੱਗੇ ਹੈ, ਉਹਦੇ ਬਾਅਦ ਜਿਹੜੀ ਕੁਸ਼ਤੀ ਇਹ ਹੋਣੀ ਹੈ,